ਆਉਂਦੀ ਨਵੇਂ ਨਵੇਂ ਆਏ ਨੂੰ ਜਿਹੜੀ ਵੀ ਕੁੜੀ ਹਜੇ ਮਹੀਨਾ ਡੇਢ ਮਹੀਨਾ ਜਾਂ 15 ਦਿਨ ਕੈਨੇਡਾ ਦੇ ਵਿੱਚ ਆਉਂਦੀ ਆ ਸਟੂਡੈਂਟ ਬੇਸ ਤੇ ਤਾਂ ਓਬਵੀਅਸਲੀ ਵੀ ਉਹਨੂੰ ਕੰਮ ਦੀ ਜ਼ਰੂਰਤ ਹੁੰਦੀ ਆ ਕੈਨੇਡਾ ਦੇ ਵਿੱਚ ਨਵੀਆਂ ਨਵੀਆਂ ਜਿਹੜੀਆਂ ਸਟੂਡੈਂਟ ਕੁੜੀਆਂ ਆਈਆਂ ਆ ਹਜੇ 12ਵੀਂ ਪਾਸ ਕਰਕੇ ਤਾਂ ਉਹਨਾਂ ਨੂੰ ਕੈਨੇਡਾ ਦੇ ਵਿੱਚ ਗਲਤ ਕੰਮਾਂ ਦੇ ਝਾਂਸੇ ਵੱਲ ਕਿੱਦਾਂ ਫਸਾਇਆ ਜਾਂਦਾ ਜਾਂ ਇਹ ਕਹਿ ਲਓ ਵੀ ਗਲਤ ਕੰਮਾਂ ਦਾ ਉਹ ਸ਼ਿਕਾਰ ਕਿੱਦਾਂ ਬਣ ਜਾਂਦੀਆਂ ਨਿਆਣਪੁਣੇ ਦੇ ਵਿੱਚ ਕਹਿ ਲਓ ਜਾਂ ਵੀ ਕੁਛ ਸੋਝੀ ਨਹੀਂ ਹੁੰਦੀ ਨਵੇਂ ਨਵੇਂ ਆਏ ਨੂੰ ਜਿਹੜੀ ਵੀ ਕੁੜੀ ਹਜੇ ਮਹੀਨਾ ਡੇਢ ਮਹੀਨਾ ਜਾਂ 15 ਦਿਨ ਕੈਨੇਡਾ ਦੇ ਵਿੱਚ ਆਉਂਦੀ ਆ ਸਟੂਡੈਂਟ ਬੇਸ ਤੇ ਤਾਂ ਓਬਵੀਅਸਲੀ ਵੀ ਉਹਨੂੰ ਕੰਮ ਦੀ ਜ਼ਰੂਰਤ ਹੁੰਦੀ ਆ ਕਿਉਂਕਿ ਕੰਮ ਦੇ ਸਿਰੋਂ ਘਰ ਦਾ ਰੈਂਟ ਵੀ ਦੇਣਾ ਗਰੋਸਰੀ ਵੀ ਦੇਣੀ ਹੋਰ ਵੀ ਸਾਰੇ ਖਰਚੇ ਹਨਾ ਤਾਂ ਕੰਮ ਦੀ ਭਾਲ ਦੇ ਵਿੱਚ ਵਿਚਾਰੀਆਂ ਸਵੇਰ ਨੂੰ ਕੰਪਨੀਆਂ ਦੇ ਵਿੱਚ ਰੈਜ਼ੂਮੇ ਦਿੰਦੀਆਂ ਸ਼ਾਮਾਂ ਨੂੰ ਆਉਂਦੀਆਂ ਕਿਤੇ ਜਾ ਕੇ ਕੰਮ ਮਿਲਦਾ ਤਾਂ ਇਹਨਾਂ ਦਾ ਹੁਣ ਮਜਬੂਰੀ ਕੌਣ ਲੋਕ ਚੱਕ ਰਹੇ ਆ ਉਹ ਵੀ ਆਪਣੀਆਂ ਕੁੜੀਆਂ ਜਿਹੜੀਆਂ ਪਹਿਲਾਂ ਦੀਆਂ ਆਈਆਂ ਤੇ ਜਾਂ ਇੱਥੋਂ ਦੇ ਲੋਕ ਕਹਿ ਲਓ ਕੋਈ ਵੀ ਆ ਇਹ ਹੁਣ ਕੁੜੀਆਂ ਨੂੰ ਝਾਂਸੇ ਦੇ ਵਿੱਚ ਗੰਦੇ ਕਮਾਲ ਕਿੱਦਾਂ ਪਾਉਂਦੀਆਂ ਆਹ ਇੱਕ ਇੰਸਟਾਗ੍ਰਾਮ ਦੀ ਆਈਡੀ ਆ ਐਮ ਪ੍ਰੀਤ ਨਾਂ ਦੀ ਇੱਦਾਂ ਦੀਆਂ ਹੋਰ ਬਹੁਤ ਫੇਕ ਆਈਡੀਆਂ ਹੈਗੀਆਂ ਮੈਨੂੰ ਇੰਸਟਾਗ੍ਰਾਮ 'ਤੇ ਇਹਨਾਂ ਦਾ ਮੈਸੇਜ ਆਇਆ ਆਹ ਪਹਿਲਾਂ ਕੁੜੀਆਂ ਦੀਆਂ ਤੁਸੀਂ ਫੋਟੋਆਂ ਦੇਖ ਲਓ ਇਹਨਾਂ ਦਾ ਮੈਨੂੰ ਹੁਣ ਆਹ ਵਾਲਾ ਮੈਸੇਜ ਆਇਆ ਜਿਹੜਾ ਮੈਂ ਹੁਣ ਲਾਤਾ ਹੀ ਫੋਟੋ ਦੇ ਵਿੱਚ ਮੈਸੇਜ ਕੀ ਆਇਆ ਕਿ ਭਾਅ ਜੀ ਤੁਸੀਂ ਆਹ ਜਿਹੜੀ ਸਾਡੀ ਸਟੋਰੀ ਆ ਇਹ ਆਪਣੀ ਸਟੋਰੀ ਆਪਣੀ ਫਿਰ ਇੰਸਟਾਗ੍ਰਾਮ ਆਈਡੀ ਉੱਤੇ ਮੈਂਸ਼ਨ ਕਰ ਦਿਓ ਅਤੇ ਸਾਨੂੰ ਕੁੜੀਆਂ ਦੀ ਲੋੜ ਆ ਵੀ ਸਾਨੂੰ ਕੰਮ ਲਈ ਕੁੜੀਆਂ ਚਾਹੀਦੀਆਂ ਕੰਮ ਕੀ ਆ ਮਸਾਜ ਦਾ ਆ ਬਿਊਟੀ ਪਾਰਲਰ ਦਾ ਆ ਜਾਂ ਮਾਲਸ਼ਾਂ ਮੁਲਸ਼ਾਂ ਕਰਨ ਦਾ ਕੰਮ ਆ ਤਾਂ $25 ਘੰਟੇ ਦੇ ਦਿੰਦੇ ਹਾਂ ਅਸੀਂ $25 to $30 ਘੰਟੇ ਦੇ ਦਿੰਦੇ ਹਾਂ ਉਹ ਵੀ ਕੈਸ਼ ਜੇ ਤੁਸੀਂ ਕਹੋ ਤਾਂ ਕੈਸ਼ ਵੀ ਦੇਵਾਂਗੇ ਪੀਆਰ ਦੇ ਵਿੱਚ ਵੀ ਤੁਹਾਡੀ ਹੈਲਪ ਕੀਤੀ ਜਾਊਗੀ ਤਾਂ ਮੈਨੂੰ ਇਹਨਾਂ ਨੇ ਮੈਸੇਜ ਆ ਦੇਖ ਲਓ ਕੀਤਾ ਵੀ ਇਹ ਮੈਂਸ਼ਨ ਕਰ ਦਿਓ ਵੀ ਇਹਨਾਂ ਦੀਆਂ ਫੋਲੋਅਰ ਹੈਗੇ ਆ ਸਟੋਰੀ ਦੇਖ ਕੇ ਤਾਂ ਲੋਕ ਕੀ ਆ ਜਾਣਗੇ ਮੈਨੂੰ ਤਾਂ ਇਹਨਾਂ ਦਾ ਪਹਿਲਾਂ ਹੀ ਪਤਾ ਕਿਉਂਕਿ ਆਹ ਸਕੀਮ ਅੱਜ ਦੀ ਨਹੀਂ ਇਹਨਾਂ ਦੀ ਤਾਂ ਰਾਈਟ ਵੀ ਮੈਂ ਤਾਂ ਪਹਿਲਾਂ ਇਹਨਾਂ ਨੂੰ ਆ ਤੁਸੀਂ ਦੇਖ ਵੀ ਲਿਓ ਪਹਿਲਾਂ ਤਾਂ ਇਹਨਾਂ ਨੂੰ ਮੈਂ ਗਾਲਾਂ ਕੱਢੀਆਂ ਚੰਗੀਆਂ ਉਹ ਵੀ ਚੈਟ ਤੇ ਰੱਖ ਕੇ ਤਾਂ ਬਾਅਦ ਵਿੱਚ ਮੈਂ ਇਹਨਾਂ ਨੂੰ ਫੋਨ ਵੀ ਲਾਇਆ ਦੇਖ ਵੀ ਲਿਓ ਮੈਂ ਅੱਗੇ ਫੋਟੋਆਂ ਲਾਉਂਗਾ ਨਾਲ ਫੋਨ ਵੀ ਲਾਇਆ ਪਰ ਇਹਨਾਂ ਨੇ ਚੱਕਿਆ ਨਹੀਂ ਤਾਂ ਬਾਅਦ ਵਿੱਚ ਕਹਿੰਦੇ ਕਿ ਤੁਸੀਂ ਸਟੋਰੀ ਮੈਂਸ਼ਨ ਕਰ ਦਿਓ ਤੁਹਾਨੂੰ ਅਸੀਂ ਪੇਮੈਂਟ ਦੇ ਦੇਵਾਂਗੇ ਵੀ ਅਸੀਂ ਹੁਣ ਤੁਹਾਡੀਆਂ ਆਹ $25, $30, or $100-$200 ਦੇ ਬਦਲੇ ਹੁਣ ਆਪਣੀਆਂ ਕੁੜੀਆਂ ਜਿਹੜੀਆਂ ਆ ਉਹ ਤੁਹਾਡਿਆਂ ਝਾਂਸਿਆਂ ਦੇ ਵਿੱਚ ਫਸਾ ਦੇਈਏ ਹਨਾ ਆਹ ਇਹਨਾਂ ਦਾ ਕੰਮ ਹੈ ਤੇ ਫਿਰ ਕਰਦੇ ਕੀ ਇਹਨਾਂ ਦੀ ਸਕੀਮ ਕਿੱਦਾਂ ਚਾਲੂ ਹੁੰਦੀ ਆ ਨਵੀਆਂ ਨਵੀਆਂ ਕੁੜੀਆਂ ਆਉਂਦੀਆਂ ਇਹਨਾਂ ਦੇ ਜਾਲ ਦੇ ਵਿੱਚ ਆ ਕੇ ਫਸ ਜਾਂਦੀਆਂ ਚਲੋ ਜੀ ਇਹ ਕਿੱਦਾਂ ਫਸਾਉਂਦੇ ਕਿੱਦਾਂ ਆ ਕੁੜੀਆਂ ਨੂੰ ਕਹਿੰਦੇ ਤੁਸੀਂ ਆਪਣੀ ਫੋਟੋ ਸੈਂਡ ਕਰੋ ਜੇ ਜਿੱਦਾਂ ਤੁਸੀਂ ਆਪਾਂ ਰੈਜ਼ੂਮੇ ਦਿੰਦੇ ਹਾਂ ਨਾ ਵੀ ਤੁਸੀਂ ਆਪਣੀ ਫੋਟੋ ਸੈਂਡ ਕਰੋ ਨਵੀਆਂ ਕੁੜੀਆਂ ਆਉਂਦੀਆਂ ਚਾ ਕੇ ਫੋਟੋ ਟੱਕ ਦਾਣੀ ਸੈਂਡ ਕਰ ਦਿੰਦੀਆਂ ਇਹਨਾਂ ਨੂੰ ਆਫਿਸ ਦੇ ਵਿੱਚ ਬੁਲਾ ਲਿਆ ਜਾਂਦਾ ਤੇ ਬਾਅਦ ਵਿੱਚ ਕੀ ਆ ਇਹਨਾਂ ਨੂੰ ਇੱਕ ਦਿਨ ਮਾਲਸ਼ਾਂ ਮੁਲਸ਼ਾਂ ਦਾ ਕਰਨਾ ਸਿਖਾਉਂਦੇ ਆ ਦੂਜੇ ਦਿਨ ਬਾਲਾਂ ਨੂੰ ਹੱਥ ਪਵਾ ਲੱਪਾ ਮਾਰਨਾ ਸਿਖਾ ਦਿੰਦੇ ਆ ਚਲੋ ਜੀ ਜਦੋਂ 3 ਕੁ ਦਿਨ ਹੋ ਜਾਂਦੇ ਆ ਨਾ ਤਾਂ ਫਿਰ ਇਹ ਕੁੜੀਆਂ ਨੂੰ ਅਸਲੀ ਰਾਹ ਦੇ ਉੱਤੇ ਲੈ ਕੇ ਆਉਂਦੇ ਆ ਜਿਹੜਾ ਕਿ ਗਲਤ ਕਮਾਲ ਤੋਰਦੇ ਆ ਫਿਰ ਕੋਈ ਨਾ ਕੋਈ ਉੱਥੇ ਬੰਦਾ ਹੁੰਦਾ ਗੋਰਾ ਲਾ ਲਓ ਕਾਲਾ ਕਰ ਲਓ ਤਾਂ ਇਹ ਫਿਰ ਕੁੜੀਆਂ ਨੂੰ ਕਹਿੰਦੇ ਵੀ ਤੁਹਾਨੂੰ ਇਹਨਾਂ ਦੇ ਨਾਲ ਗਲਤ ਕੰਮ ਕਰਨਾ ਪੈਣਾ ਤੇ ਜਦੋਂ ਕੁੜੀਆਂ ਨੂੰ ਪਤਾ ਲੱਗਦਾ ਵੀ ਇਹ ਗਲਤ ਕੰਮ ਆ ਕੁੜੀਆਂ ਘਰ ਆ ਜਾਂਦੀਆਂ ਤਾਂ ਇਹਨਾਂ ਨੂੰ ਮੁੜ ਕੇ ਫੋਨ ਕਰਦੇ ਆ ਵੀ ਅਸੀਂ ਨਹੀਂ ਕੰਮ ਕਰਨਾ ਤੇ ਜਾਂ ਫਿਰ ਇਹ ਕੁੜੀਆਂ ਨੂੰ ਫੋਨ ਕਰਨ ਲੱਗ ਪੈਂਦੇ ਆ ਵੀ ਤੂੰ ਅੱਜ ਕੰਮ ਤੇ ਨਹੀਂ ਆਈ ਤਾਂ ਕੁੜੀ ਜਵਾਬ ਦਿੰਦੀ ਵੀ ਮੈਂ ਨਹੀਂ ਕੰਮ ਤੇ ਆਉਣਾ ਤੇ ਬਾਅਦ ਵਿੱਚ ਇਹ ਉਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦੀ ਆ ਕਿ ਹਾਂ ਤੂੰ ਸਾਨੂੰ ਸਾਡੀਆਂ ਜਿਹੜੀਆਂ ਤੂੰ ਸਾਨੂੰ ਫੋਟੋਆਂ ਭੇਜੀਆਂ ਆ ਉਹਨਾਂ ਨਾਲ ਉਹ ਕੁੜੀਆਂ ਨੂੰ ਬਲੈਕਮੇਲ ਕਰਨਾ ਕਰਨ ਲੱਗ ਪਾਉਂਦੀ ਆ ਇਹ ਵੀ ਤੇਰੇ ਘਰ ਤੱਕ ਪਾਵਾਂਗੇ ਇੰਟਰਨੈਟ ਤੇ ਵੀ ਫੋਟੋਆਂ ਪਾਵਾਂਗੇ ਤਾਂ ਕੁੜੀਆਂ ਵਿਚਾਰੀਆਂ ਬਦਨਾਮੀ ਤੋਂ ਡਰਨ ਦੀਆਂ ਮਾਰੀਆਂ ਇਹਨਾਂ ਦੇ ਝਾਂਸੇ ਦੇ ਵਿੱਚ ਫਸ ਜਾਂਦੀਆਂ ਆ ਸੋ ਸਾਰੀਆਂ ਕੁੜੀਆਂ ਜਿੰਨੀਆਂ ਵੀ ਨਵੀਆਂ ਕੈਨੇਡਾ ਦੇ ਵਿੱਚ ਆਈਆਂ ਹਜੇ 10, 15, 20 ਜਾਂ ਡੇਢ ਮਹੀਨਾ ਹੋਇਆ ਆ ਜੇ ਤੁਹਾਨੂੰ ਇੱਦਾਂ ਦਾ ਕੋਈ ਵੀ ਮੈਸੇਜ ਆਵੇ ਸਾਨੂੰ ਬਹੁਤ ਆਉਂਦੇ ਰਹਿੰਦੇ ਇੱਦਾਂ ਦੇ ਹੋਰ ਵੀ ਬਥੇਰਿਆਂ ਨੂੰ ਆਉਂਦੇ ਹੋਗੇ ਆ ਮੈਨੂੰ ਤਾਂ ਮਹੀਨੇ 'ਚ ਕਈ ਵਾਰੀ ਇੱਕ ਅੱਧੀ ਵਾਰ ਆਉਂਦਾ ਹੀ ਆਉਂਦਾ ਆ ਪਰ ਪਹਿਲਾਂ ਫਿਰ ਆ ਕੇ ਹਟਿਆ ਹੋਣਾ ਆ ਕਿ $100 ਦਾ ਮੈਂ ਤਾਂ ਫਿਰ ਕਿਹਾ ਸੀ ਮੈਂ ਕਿਹਾ ਜਿੱਦਾਂ ਕਰੋ ਵੀ $35 ਮੈਂ ਦਿੰਦਾ ਤੁਹਾਨੂੰ ਘੰਟੇ ਦੇ ਵੀ ਤੁਸੀਂ ਕੰਮ ਕਰੋ ਸਟਾਰਟ ਇਹ ਵੀ ਅਸੀਂ ਦਿੰਦੇ ਹਾਂ ਕੈਸ਼ $35 to $40 ਲੈ ਲਓ ਕੋਈ ਰਿਪਲਾਈ ਨਹੀਂ ਅੱਗੇ ਹੋਇਆ ਫਿਰ ਸੋ ਤਾਂ ਕਰਕੇ ਨਵੀਆਂ ਕੁੜੀਆਂ ਨੂੰ ਬੇਨਤੀ ਆ ਵੀ ਕੋਈ ਗੱਲ ਨਹੀਂ ਇੱਥੇ ਜਿਹੜਾ ਵੀ ਕੈਨੇਡਾ ਦੇ ਵਿੱਚ ਆਉਂਦਾ ਕੋਈ ਇੱਕੋ ਦਮ ਹੀ ਨਹੀਂ ਆ ਕੇ ਕੁਰਸੀ ਦੀ ਜੋਬ ਮਿਲ ਜਾਂਦੀ ਸਹਿਜੇ ਸੁਭਾਈ ਹਰੇਕ ਨੂੰ 1.5-2 ਮਹੀਨਾ ਤੰਗੀ ਕੱਟਣੀ ਪੈਂਦੀ ਆ ਸੋ ਇਹਨਾਂ ਦੇ ਝਾਂਸੇ ਦੇ ਵਿੱਚ ਨਾ ਆਇਓ ਨਾ ਕੋਈ ਗੱਲ ਨਹੀਂ ਕੰਮ ਮਹੀਨਾ ਨਾ ਮਿਲੂ 2 ਮਹੀਨੇ ਮਿਲ 2 ਮਹੀਨਿਆਂ ਬਾਅਦ ਮਿਲ ਜੂ ਤਾਂ ਇੰਡੀਆ ਦੇ ਵਿੱਚ ਮਾਪਿਆਂ ਨੂੰ ਵੀ ਕੁੜੀਆਂ ਦੇ ਨੂੰ ਬੇਨਤੀ ਆ ਮੈਂ ਕਿਸੇ ਕੁੜੀ ਦੇ ਕਰੈਕਟਰ ਦੇ ਉੱਤੇ ਜਾਂ ਕਿਸੇ ਦੇ ਵੀ ਮਾਪਿਆਂ ਦੀ ਧੀ ਦੇ ਉੱਤੇ ਸ਼ੱਕ ਨਹੀਂ ਕਰਦਾ ਮੈਂ ਸਿਰਫ ਤੁਹਾਨੂੰ ਇਹ ਮਤਲਬ ਕਹਿ ਦਿਓ ਵੀ ਸੂਚਿਤ ਕਰਦਾ ਇੱਕ
ਵੀ ਹਾਂ ਤੁਹਾਨੂੰ ਮੈਂ ਦੱਸਦਾ ਵੀ ਆਪਣੀਆਂ ਧੀਆਂ ਦੀ ਤੁਸੀਂ ਜਾਣਕਾਰੀ ਲੈਂਦੇ ਰਹੋ ਵੀ ਹਾਂ ਪੁੱਤ ਕਿਹੜਾ ਕੰਮ ਕਰਦੀ ਕੀ ਕਰਦੀਆਂ ਜੇ ਨਹੀਂ ਵੀ ਕੰਮ ਮਿਲਿਆ ਤਾਂ ਤੂੰ ਟੈਨਸ਼ਨ ਨੀ ਲੈਣੀ ਕੋਈ ਗੱਲ ਨੀ ਤੈਨੂੰ 20 ਲੱਖ ਲਾ ਕੇ ਭੇਜਿਆ 2 ਮਹੀਨਿਆਂ ਦਾ ਖਰਚਾ ਵੀ ਭੇਜ ਦਵਾਂਗੇ ਯਾਰ ਸੋ ਆਪਣੇ ਬੱਚਿਆਂ ਨੂੰ ਕੰਮ ਦਾ ਜ਼ੋਰ ਨਾ ਪਾਓ ਖਾਸ ਕਰਕੇ ਕੁੜੀਆਂ ਨੂੰ ਵੀ ਹਾਂ ਕੁੜੀਏ ਤੂੰ ਕਿਹੜਾ ਕੰਮ ਕਰਦੀ ਮੈਂ ਇਹ ਨੀ ਕਹਿੰਦਾ ਵੀ ਤੁਸੀਂ ਸ਼ੱਕ ਕਰੋ ਕੁੜੀ ਆਪਣੀ ਦੇ ਨਾ ਮੈਂ ਇਹ ਕਹਿੰਦਾ ਵੀ ਆਹ ਜਿਹੜੇ ਇੱਦਾਂ ਦੇ ਹੁਣ ਇੱਥੇ ਗਰੋਹ ਚੱਲਿਆ ਹਨਾ ਕੁੜੀਆਂ ਨੂੰ ਗਲਤ ਕੰਮਾਂ ਪਾਉਂਦੇ ਆ ਇਹਨਾਂ ਤੋਂ ਬਚ ਕੇ ਰਹਿਣ ਕੁੜੀਆਂ ਤੁਹਾਡੀਆਂ ਸੋ ਆਪਣੇ ਬੱਚਿਆਂ ਦੀ ਜਾਣਕਾਰੀ ਲੈਂਦੇ ਰਹੋ ਵੀ ਕੀ ਕੰਮ ਕਰਦੀ ਕਿੱਥੇ ਕਰਦੀ ਕਿੱਦਾਂ ਦਾ ਕੰਮ ਆ ਸਾਰਾ ਸੋ ਇੱਦਾਂ ਦਾ ਇਹ ਕੁੜੀਆਂ ਨੂੰ ਹੁਣ ਗਲਤ ਕੰਮਾਂ ਅੱਲ ਇਸ ਵੀਡੀਓ ਲੈ ਕੇ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਹੁਣ ਤੱਕ ਲਈ ਇੰਨਾ ਹੀ ਜਦ ਤੱਕ ਤੁਸੀਂ ਦੇਖਦੇ ਰਹੋ ਵਿਰਸਾ ਟੀਵੀ